ਹੈਲੋ ਸਟੂਡੈਂਟਸ ਸਾਰੇ ਬੱਚਿਆਂ ਦਾ ਮੇਰੀ ਕਲਾਸ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਹੁਣ ਕਰਨਾ ਹੈ ਕਲਾਸ 9th ਦੀ ਐਕਸਰਸਾਈਜ਼ 13.7 ਦਾ ਕੁਐਸਚਨ ਨੰਬਰ 2 ਤੇ ਕੁਐਸਚਨ ਨੰਬਰ 2 ਦੀ ਰਕਮ ਦੇਖੋ ਸ਼ੰਕੂ ਦੇ ਆਕਾਰ ਦੇ ਉਸ ਬਰਤਨ ਦੀ ਲਿਟਰਾਂ ਵਿੱਚ ਸਮਰੱਥਾ ਪਤਾ ਕਰੋ ਜਿਸ ਦਾ ਦੀ ਦਾ ਮਤਲਬ ਵਿਆਸ ਦੀ ਮਤਲਬ ਤਿਰਛੀ ਉਚਾਈ ਠੀਕ ਹੈ ਜਿਸ ਦਾ ਅਰਧ ਵਿਆਸ 7 ਸੈਂਟੀਮੀਟਰ ਅਤੇ ਤਿਰਛੀ ਉਚਾਈ 25 ਸੈਂਟੀਮੀਟਰ ਹੈ ਦੂਸਰਾ ਪਾਰਟ ਇਹਦਾ ਸ਼ੰਕੂ ਜਿਹੜਾ ਜੇ ਦੀ ਸਮਰੱਥਾ ਪਤਾ ਕਰਨੀ ਹੈ ਉਹਦੀ ਉਚਾਈ 12 ਸੈਂਟੀਮੀਟਰ ਤੇ ਤਿਰਸ਼ੀ ਉਚਾਈ 13 ਸੈਂਟੀਮੀਟਰ ਹੈ ਫਾਈਂਡ ਦਾ ਕੈਪੈਸਿਟੀ ਇਨ ਲੀਟਰਸ ਆਫ ਅ ਕੋਨਿਕਲ ਵੈਸਲ ਵਿਦ ਨੰਬਰ 1 ਰੇਡੀਅਸ 7 ਸੈਂਟੀਮੀਟਰ ਸਲਾਟ ਹਾਈਟ 25 ਸੈਂਟੀਮੀਟਰ ਹਾਈਟ 12 ਸੈਂਟੀਮੀਟਰ ਸਲਾਟ ਹਾਈਟ 13 ਸੈਂਟੀਮੀਟਰ ਹੁਣ ਇਹ ਜਿਹੜਾ ਸ਼ੰਕੂ ਹੈਗਾ ਅਸੀਂ ਇਹਦੀ ਸਮਰੱਥਾ ਪਤਾ ਕਰਨੀ ਆ ਸਮਰੱਥਾ ਪਤਾ ਕਰਨ ਲਈ ਸਾਨੂੰ ਵੋਲਿਊਮ ਪਤਾ ਹੋਣਾ ਚਾਹੀਦਾ ਤੇ ਵੋਲਿਊਮ ਦਾ ਫਾਰਮੂਲਾ ਸਾਡੇ ਕੋਲ ਕੀ ਹੁੰਦਾ ਹੈ 1/3 π r² h ਪਰ ਸਾਨੂੰ ਇੱਥੇ ਕੀ ਦਿੱਤਾ h ਨਹੀਂ ਦਿੱਤੀ r ਦਿੱਤਾ ਹੈ ਪਹਿਲੇ ਚ ਵੀ ਦੂਸਰੇ ਚ ਵੀ r ਸਾਡੇ ਕੋਲ ਹੈਗੀ 7 cm ਤੇ ਸਲੈਂਟ ਹਾਈਟ ਦਿੱਤੀ ਹੈ ਤੇ ਸ਼ੀਰਚਾਈ ਦਿੱਤੀ ਹੋਈ ਹੈ 25 cm ਠੀਕ ਅਸੀਂ ਪਹਿਲਾਂ ਸਟ੍ਰੇਟ ਹਾਈਟ ਜਿਹੜੀ ਉਹ ਪਤਾ ਕਰਨੀ ਆ ਉਹ ਪਤਾ ਕਰਾਂਗੇ ਫੇਰ ਹੀ ਅਸੀਂ ਵੋਲਿਊਮ ਪਤਾ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲ r ਹੈਗਾ ਬਟ h ਨਹੀਂ ਠੀਕ ਹੈ ਤੇ ਐਚ ਪਤਾ ਕਰਨ ਦਾ ਫਾਰਮੂਲਾ ਪਿਛਲੀਆਂ ਕਲਾਸਾਂ ਚ ਵੀ ਕੀਤਾ ਸੀ ਤੇ ਸਾਡੀ ਕਿਤਾਬ ਵਿੱਚ ਵੀ ਹੈਗਾ ਬਹੁਤੀ ਜਗ੍ਹਾ ਪਰ ਇਹ ਕਿੱਥੋਂ ਆਂਦਾ ਕਿਉਂਕਿ ਇਹ ਦੇਖੋ ਇਹ ਸਾਡੇ ਕੋਲ ਇੱਕ ਰਾਈਟ ਐਂਗਲ ਟ੍ਰੈਂਗਲ ਬਣ ਗਈ ਹੈ ਇਹਦੇ ਵਿੱਚ ਇਹ ਹਾਈਪੋਟੈਨਿਊਸ ਹੈ ਜਾਨੀ ਕਿ ਕਰਨ ਹੈ ਇਹ ਸਾਡੇ ਕੋਲ ਬੇਸ ਹੈ ਇਹ ਸਾਡੇ ਕੋਲ ਲੰਬ ਹੈ ਜਾਨੀ ਕਿ ਪਰਪੈਂਡੀਕੂਲਰ ਹੈ ਤੇ ਇਹ ਬੇਸ ਹੈ ਆਧਾਰ ਹੈ ਤਾਂ ਲੰਬ ਕਿਹਦੇ ਬਰਾਬਰ ਹੁੰਦਾ ਲੰਬ ਹੁੰਦਾ ਕਰਨ ਦਾ ਵਰਗ ਮਾਈਨਸ ਆਧਾਰ ਦਾ ਵਰਗ ਸਾਰੇ ਦਾ ਸਕੁਅਰ ਰੂਟ ਇਹੀ ਹੁੰਦਾ ਨਾ ਤੇ ਹੁਣ ਅਸੀਂ ਇੱਥੇ ਇਹੀ ਕਰਨਾ ਠੀਕ ਹੈ ਇਹਦੇ ਵਿੱਚ ਸਾਨੂੰ ਜੋ ਦਿੱਤਾ ਹੈ ਪਹਿਲਾਂ ਅਸੀਂ ਉਹ ਲਿਖੀਏ ਨੰਬਰ 1 ਵਾਲਾ ਸ਼ੰਕੂ ਦਾ ਅਰਧ ਵਿਆਸ ਜਿਹਨੂੰ ਅਸੀਂ r ਲਿਖਦੇ ਹਾਂ ਰੇਡੀਅਸ ਰੇਡੀਅਸ ਆਫ ਕੋਨ इज इक्वल टू सैवन सेंटीमीटर ठीक है हमी उचाई दी है शंकु की तिरछी ऊंचाई शंकु की तिरछी उचाई सलांट हाइट ऑफ़ ऑफकॉन इज इक्वल टू ट्वेंटी फाइव सेंटीमीटर सलांट हाइट जी अल निखते हैं ठीक है हूँ असी एच पता करनी है h के दे इक्वल टू होएगा l² r² मतलब ਸਾਡਾ ਕਰਨ ਜਿਹੜਾ ਉਹ l ਹੈ ਨਾ l² r² ਸਾਰੇ ਦਾ ਸਕੁਅਰ ਰੂਟ l ਸਾਡੇ ਕੋਲ ਹੈਗਾ 25 25 ਦਾ ਸਕੁਅਰ r ਸਾਡੇ ਕੋਲ ਹੈਗਾ 7 7 ਦਾ ਸਕੁਅਰ 25 25 ਸਾਡੇ ਕੋਲ ਹੁੰਦਾ 625 49 ਇਹ ਸਾਡੇ ਕੋਲ ਆ ਗਿਆ 576 ਤੇ ਸਾਨੂੰ ਪਤਾ ਹੈ ਕਿ 576 ਕੀ ਹੁੰਦਾ 24 ਦਾ ਸਕੁਅਰ ਹੁੰਦਾ 24 24 ਸੋ ਜਦੋਂ ਸੀ ਦਾ ਸਕੁਅਰ ਰੂਟ ਕੱਢਾਂਗੇ ਤੇ h ਸਾਡੇ ਕੋਲ ਕਿੰਨਾ ਆ ਜਾਏਗਾ 24 ਸੈਂਟੀਮੀਟਰ ਠੀਕ ਹੈ ਹੁਣ ਸਾਨੂੰ h ਪਤਾ ਲੱਗ ਗਿਆ ਹਾਈਟ ਪਤਾ ਲੱਗੀ ਜਿਹੜੀ ਸਟ੍ਰੇਟ ਹਾਈਟ ਹੈ ਤੇ ਹੁਣ ਅਸੀਂ ਸ਼ੰਕੂ ਦਾ ਆਇਤਨ ਪਤਾ ਕਰ ਸਕਦੇ ਹਾਂ ਵੋਲਿਊਮ ਆਫ ਕੋਨ 1/3 πr²h ਠੀਕ ਹੈ ਇਹ ਸਾਡੇ ਕੋਲ ਆ ਗਿਆ 1/3 22.7 r ਸਾਡਾ ਕਿੰਨਾ ਸੀ 7 7 7 h ਸਾਡੇ ਕੋਲ ਆ ਗਈ 24 ਸੈਂਟੀਮੀਟਰ 큐ਬ ਹੁਣ 7 ਵਨਸ 7 7 ਵਨਸ 7 ਕੱਟ ਗਿਆ 3 ਵਨਸ 3 3 ਇਟਸ 24 ਸਾਡੇ ਕੋਲ ਕੀ ਬਚਿਆ 22 into 7 into 8 cm3 ਇਹਨੂੰ ਜਦੋਂ ਅਸੀਂ ਮਲਟੀਪਲਾਈ ਕਰਾਂਗੇ ਸਾਡੇ ਕੋਲ ਮਲਟੀਪਲਾਈ ਕਰਕੇ ਆ ਜਾਏਗਾ 1232 cm3 ਪਰ ਸਾਨੂੰ ਜਿਹੜੀ ਇਹਦੀ ਸਮਰੱਥਾ ਉਹ ਲੀਟਰਾਂ 'ਚ ਪੁੱਛੀ ਆ ਠੀਕ ਹੈ ਜਦੋਂ ਵੀ ਸਾਨੂੰ cm3 ਹੈ ਤਾਂ ਅਸੀਂ ਉਹਨੂੰ ਲੀਟਰਸ ਦੇ ਵਿੱਚ ਕਨਵਰਟ ਕਰਨਾ ਤਾਂ ਅਸੀਂ ਉਹਨੂੰ 1000 ਨਾਲ ਡਿਵਾਈਡ ਕਰਦੇ ਹਾਂ ਠੀਕ ਹੈ ਹੁਣ ਅਸੀਂ ਲਿਖਾਂਗੇ ਆਇਤਨ लीटर ठीक है वॉल्यूम इन लीटर्स इज इक्वल टू वन थाउजेंड टू हंड्रेड थर्टी टू अपॉन थाउजेंड न आएगा लीटर तीन डिजिट छ दो तीन डिजिट छ असी पॉइंट ला देंगे टू थ्री टू लीटर यह साडा ਅਨਸਰ ਆ ਗਿਆ ਫਰਸਟ ਪਾਰਟ ਦਾ ਹਾਂ ਤੇ ਦੂਸਰਾ ਪਾਰਟ ਸਾਡੇ ਕੋਲ ਹੈਗਾ ਕਿ ਸਾਡਾ ਜਿਹੜਾ ਕੋਣ ਹੈਗਾ ਉਹਦੀ ਹਾਈਟ ਦਿੱਤੀ ਹੋਈ ਸਾਨੂੰ ਮਤਲਬ ਸਟ੍ਰੇਟ ਹਾਈਟ ਦਿੱਤੀ ਹੈ ਦੂਸਰੀ ਸਲੌਂਟ ਹਾਈਟ ਦਿੱਤੀ ਹੈ ਇਹ ਵਾਲੀ ਐਲ ਠੀਕ ਹੈ ਇੱਥੇ ਐਲ ਇਕੁਅਲ ਟੂ 13 ਸੈਂਟੀਮੀਟਰ ਹੈ ਤੇ ਐਚ ਇਕੁਅਲ ਟੂ 12 ਸੈਂਟੀਮੀਟਰ ਹੈ ਅਸੀਂ ਪਤਾ ਕੀ ਕਰਨਾ ਆਰ ਠੀਕ ਹੈ ਹੁਣ ਆਰ ਕਿਸ ਤਰ੍ਹਾਂ ਪਤਾ ਕਰਾਂਗੇ ਅਸੀਂ ਪਹਿਲਾਂ ਸਾਨੂੰ ਜੋ ਦਿੱਤਾ ਹੈ ਉਹ ਲਿਖ ਲਈਏ ਸ਼ੰਕੂ ਦੀ ਉਚਾਈ height of cone is equal to 12 cm shanku di tirshi unchai slant height of cone is equal to 13 cm ਚੰਕੂ ਦਾ ਅਰਧ ਵਿਆਸ ਇਹ ਅਸੀਂ ਪਤਾ ਕਰਨਾ ਹੈ ਠੀਕ ਹੈ ਰੇਡੀਅਸ ਆਫ ਕੋਨ ਇਹ ਪਤਾ ਕਰਨਾ ਹੈ ਠੀਕ ਪਤਾ ਕਿੱਥੋਂ ਕਰਨਾ ਸੀ ਸਾਨੂੰ ਇਹ ਜਿਹੜੀਆਂ ਦੋ ਚੀਜ਼ਾਂ ਦਿੱਤੀਆਂ ਇੱਥੋਂ ਇੱਥੇ ਜਿਹੜਾ ਫਾਰਮੂਲਾ ਅਸੀਂ ਉਹੀ ਫਾਰਮੂਲਾ ਜਿਹੜਾ ਰਾਈਟ ਐਂਗਲ ਟ੍ਰੈਂਗਲ ਵਾਲਾ ਲਾਣਾ ਤੇ ਇੱਥੇ ਸਾਡਾ ਇਹ ਬੇਸ ਹੈ ਠੀਕ ਹੈ r ਕੀ ਹੈ ਆਧਾਰ o² ਦੇ ਬਰਾਬਰ ਹੋਣਾ ਕਰਨ ਦਾ ਵਰਗ ਮਾਈਨਸ ਲੰਬ ਦਾ ਵਰਗ ਸਾਰੇ ਦਾ ਸਕੁਅਰ ਰੂਟ ਠੀਕ ਹੈ ਨਾ ਤੇ ਹੁਣ ਆਧਾਰ ਸਾਡਾ ਆਰ ਹੈ ਕਰਨ ਸਾਡੇ ਕੋਲ ਐਲ ਹੈ ਲੰਬ ਸਾਡੇ ਕੋਲ ਐਚ ਹੈ ਇਹਦਾ ਸਕੁਅਰ ਰੂਟ ਹੁਣ ਐਲ ਸਾਡੇ ਕੋਲ 13 13 ਦਾ ਵਰਗ ਮਾਈਨਸ 12 ਦਾ ਵਰਗ 13 13 169 ਤੇ 12 12 144 ਸੋ r 25 ਦਾ ਸਕੁਅਰ ਰੂਟ 25 ਸਾਨੂੰ ਪਤਾ ट्वेंटी फाइव का स्केयर रूट कि फाइव दे फोर आर इज इक्वल टू फाइव सेंटीमीटर ठीक है रेडियस आ गया साढ़े कोई वॉल्यूम पता कर लें शंकूद आइतन वॉल्यूम ऑफ कॉन इज एकवल टू वन बाई थ्री पाई आर स्केयर एच ठीक है वन बाई थ्री ਬਾਈ ਅਸੀਂ 22/7 ਹੀ ਲੈਣੀ ਆ ਜਦ ਤੱਕ ਸਾਨੂੰ ਕਿਹਾ ਨਾ ਗਿਆ ਹੋਵੇ আর ਸਾਡੇ ਕੋਲ ਆ ਗਿਆ 5 5 h ਸਾਡੇ ਕੋਲ ਹਾਈਟ ਕਿੰਨੀ ਦਿੱਤੀ ਸੀ 12 ਠੀਕ ਹੈ ਸੈਂਟੀਮੀਟਰ ਕਯੂਬ ਹੁਣ ਦੇਖੋ 3 1 3 3 4 12 ਨਹੀਂ ਕੱਟਦਾ ਬਾਕੀ ਕੁਝ ਵੀ ਤੇ ਅਸੀਂ ਇਹਨੂੰ ਗੁਣਾ ਕਰ ਲਾਂਗੇ 22 5 5 4/7 ਸੈਂਟੀਮੀਟਰ ਕਯੂਬ ਇਹ ਸਾਡੇ ਕੋਲ ਆ ਗਿਆ ਗੁਣਾ ਕਰਕੇ 2200 ਕਿਉਂਕਿ ਦੇਖੋ ਇਹ ਗੁਣਾ assi ਕਰੀਏ ਦੀ ਤਾਂ ਇਹ ਆ ਗਿਆ 5 5 25 25 4 100 100 ਨੂੰ 22 ਨਾਲ ਗੁਣਾ ਕਰਾਂਗੇ ਤਾਂ 2200 7 cm³ ਪਰ ਅਸੀਂ ਜਿਹੜਾ ਵੋਲਿਊਮ ਹੈ ਉਹ ਪਤਾ ਕਿੱਥੇ ਕਰਨਾ ਹੈ ਲੀਟਰਾਂ ਦੇ ਵਿੱਚ ਠੀਕ ਹੈ ਤਾਂ ਲੀਟਰਾਂ 'ਚ ਪਤਾ ਕਰਨ ਲਈ ਅਸੀਂ ਇਹਨੂੰ 1000 ਨਾਲ ਫੇਰ ਡਿਵਾਈਡ ਕਰ ਦਾਂਗੇ ਇਹੀ ਕਰਨਾ ਹੈ ਨਾ ਅਸੀਂ ਸੋ ਸ਼ੰਕੂ ਦੀ ਸਮਰੱਥਾ ਵੋਲਿਊਮ ਇਨ liters is equal to 2200 upon 7 ਇਹਨੂੰ ਅਸੀਂ 1000 ਫੇਰ ਡਿਵਾਈਡ ਕਰ ਦੇਣਾ 2 ਜ਼ੀਰੋਸ ਕੱਟ ਗਈਆਂ ਸਾਡੇ ਕੋਲ ਕੀ ਰਹਿ ਗਿਆ 22 upon 70 liter ਠੀਕ ਹੈ ਇਹਨੂੰ ਡਿਵਾਈਡ ਕਰਕੇ ਦੇਖੀਏ ਅਸੀਂ ਦੇਖੋ ਇਹ ਹੁਣ ਦੋ ਨਾਲ ਕੱਟ ਹੁੰਦੇ ਪਏ 11 ਦੋ ਨਾਲ 22 ਤੇ 35 ਦੋ ਨਾਲ 70 ਇਹ ਸਾਡੇ ਕੋਲ ਆ ਗਿਆ 11/35 ਲੀਟਰ ਇਹਨੂੰ ਡੈਸੀਮਲਸੇ ਵੀ ਤੁਸੀਂ ਕਨਵਰਟ ਕਰ ਸਕਦੇ ਹੋ ਪਰ ਇਦਾਂ ਵੀ ਠੀਕ ਹੈ ਸੋ ਇਹਦੇ ਨਾਲ ਸਾਡਾ ਜਿਹੜਾ ਕੁਐਸਚਨ ਹੈ ਉਹ ਕੰਪਲੀਟ ਹੋ ਗਿਆ ਨੈਕਸਟ ਕੁਐਸਚਨ ਲਈ ਅਸੀਂ ਨੈਕਸਟ ਵੀਡੀਓ ਚ ਮਿਲਾਂਗੇ ਟਿਲ ਦੈਨ ਬਾਏ ਬਾਏ